जी अपने बारे जानकारी। सत श्रीकाल जी, मैं थोड़ी रीतू नूरा और मैं नूरा सिस्टर की छोटी भैन हाँ, और उन्होंने साढ़े नाल बहुत गलत किया भाजी ज्योति नूरा ने। तो असी जिदन दे शो ला रहे हैं भाजी, सानू कोई पैसा नहीं उन्होंने दिता, कोई भी साढ़े नाल आप अठ अठ दस दस बाउंसर ले जाते, असी कल्ले कुत्ते वांगू मगर जाते सीगे उन्होंने, साडा कोई ध्यान नहीं उन्होंने, कोई उन्होंने रिस्पोंसिबिलिटी नहीं। फिर उस तो बाद सानू कोई भी उन्होंने पैसा नहीं दिता, कभी 10,000 देता, 20,000 देता, 30,000 देता, सानू कहना असी बाबियां दा शो लाया इन्ने पैसे हुए ने। असी मैं जिदन का शुरू किया भाजी भैन का करके भी चलो वड्डी भैन है, थोड़े दिन पहला भाजी साडा शो सीगा, असी पैसे की गल की, मेरे हसबैंड ने भी साडा पैसे थोड़े जे वधाओ, उन्होंने कोई गल नहीं की, गड्डियां मूहरे लिया के तो उन्होंने रोक दित्तियां। पहला तो उन्होंने विचों एक मुंडा सीगा, उन्होंने रख्या ऋषि आदा ना, वो मुंडा उतरिया, वो साडी गड्डी भन्न लग गया, गड्डी भन्न के उस तो बाद सानू गालां कढ़न लग गए, हथों पाई होए साडे नाल, कल्ली पैसे की गल की भी साडे भाजी पैसे थोड़े जे वधाओ, भी इन्ने च काम साडा नहीं सरना, क्योंकि साडा जदों दे असी शुरू होए साडा कुछ नहीं बन रहा भाजी। फिर साडे नाल गालां कढ़ियां सानू, हथों पाई साडे नाल होए, साडे कपड़े पाड़े। तो सानू हो गए भाजी 4-5 महीने हो गए तकरीबन। किन्ने की शो करते हैं? 30-35 शो ਇਹ ਵਾਕਿਆ ਜਦੋਂ ਦਾ ਹੈਗਾ ਜਦੋਂ ਤੁਸੀਂ ਕਹਿੰਦੇ ਕਿ ਅਸੀਂ ਸ਼ੋਅ ਦੇ ਪੈਸੇ ਮੰਗੇ ਉਹਨਾਂ ਤੋਂ? ਇਹ ਭਾਜੀ 4-5 ਦਿਨ ਹੋਏ ਇਸ ਗੱਲ ਨੂੰ ਭਾਜੀ, ਮੈਂ ਐਡਮਿਟ ਸੀਗੀ ਭਾਜੀ ਥੋੜੇ ਦਿਨ ਪਹਿਲਾਂ। ਗੱਡੀ ਤੋੜੀ ਗਈ ਉਹ ਕਿਹੜੀ ਜਗ੍ਹਾ ਤੇ? ਉਹ ਕਰਤਾਰਪੁਰ ਰੋਡ ਤੇ ਭਾਜੀ, ਕਰਤਾਰਪੁਰ ਦੇ ਸਿਟੀ ਵਗੈਰਾ। ਹਾਂਜੀ ਕਰਤਾਰਪੁਰ ਰੋਡ, ਕਰਤਾਰਪੁਰ ਦੇ ਭਾਜੀ ਹਾਈਵੇ ਦੇ ਉੱਤੇ ਹੀ, ਉਹ ਵੀ ਅਸੀਂ ਮਤਲਬ ਜਲੰਧਰ ਤੋਂ ਅੱਗੇ ਸ਼ੋਅ ਸੀਗਾ ਤੇ ਸ਼ੋਅ ਤੋਂ ਆ ਰਹੇ ਸੀਗੇ ਤੇ ਜਿੱਥੋਂ ਕੀ ਗੱਲ ਸਾਡੀ ਸਟਾਰਟ ਹੋਈ ਹੈ, ਸਾਡੇ ਕੋਲ ਬਕਾਇਦਾ ਰਿਕਾਰਡਿੰਗ ਆ। ਉਹ ਕੀ ਹੋਇਆ ਵੀ ਪੈਸੇ 10,000 ਰੁਪਈਆ ਸਾਨੂੰ ਇਹਨਾਂ ਨੇ ਦਿੱਤਾ ਅਤੇ ਅਸੀਂ ਇਹਨਾਂ ਨੂੰ ਫੋਨ ਕੀਤਾ ਅਤੇ ਮੇਰਾ ਕੀ ਸੀਗਾ, ਮੈਂ ਇੱਕ ਨਾਲ ਇੱਦਾਂ ਫੋਨ ਕਰਕੇ ਇਹਨਾਂ ਨੂੰ ਅਤੇ ਮੈਂ ਸਪੀਕਰ ਔਨ ਕਰਕੇ ਮੈਂ ਦੂਜੇ ਫੋਨ 'ਤੇ ਰਿਕਾਰਡਿੰਗ ਲਾ ਲਈ ਨਾਲ, ਹੈ ਨਾ ਜੀ, ਵੀ ਕੀ ਬੋਲਦੇ ਨੇ। ਮੈਨੂੰ ਪਤਾ ਸੀਗਾ ਵੀ ਇਹਨਾਂ ਇੱਦਾਂ ਇੱਦਾਂ ਹੈ ਨਾ, ਵੀ ਕਿਸ ਹੱਦ ਤੱਕ ਜਾ ਸਕਦੇ ਨੇ, ਹੈ ਨਾ, ਅਤੇ ਮੈਂ ਰਿਕਾਰਡਿੰਗ ਲਾ ਲਈ ਅਤੇ ਮੈਂ ਇਹਨਾਂ ਨੂੰ ਕਿਹਾ, ਮੈਂ ਕਿਹਾ ਭਾਅ ਜੀ ਵੇਖੋ ਮੈਂ ਤੁਹਾਡੇ ਨਾਲ ਕੋਈ ਲੜਨ ਲਈ ਕਾਲ ਨਹੀਂ ਕੀਤੀ, ਮੈਂ ਤੁਹਾਨੂੰ ਜਸਟ ਇਹੀ ਕਿਹਾ ਆ ਵੀ ਸਾਨੂੰ ਭਾਅ ਜੀ ਤੁਸੀਂ 10,000 ਰੁਪਈਆ ਦੇ ਰਹੇ ਹੋ, ਉਹ 'ਚੋਂ ਅਸੀਂ 5,000 ਰੁਪਈਆ ਮਤਲਬ ਸਾਡਾ 4,000 ਦਾ ਤੇਲ, ਕੋਈ 1,000-2,000 ਬੰਦਾ ਆਪ ਖਾ ਪੀ ਲੈਂਦਾ ਆ, ਹੈ ਨਾ, ਜਾਂਦਾ ਆਉਂਦਾ, ਅਤੇ ਸਾਨੂੰ ਕੀ ਬਚਦਾ ਆ, ਹੈ ਨਾ, ਵੀ ਗਾਂਹ ਤੋਂ ਭਾਅ ਜੀ ਸਿੱਧੀ ਜੀ ਗੱਲ ਆ, ਤੁਸੀਂ ਲਾਓ ਸ਼ੋਅ ਸੇਵਾ ਦਾ, ਤੁਸੀਂ ਲਾਓ ਸ਼ੋਅ ਜਿੱਥੇ ਮਰਜ਼ੀ ਜਿੱਦਾਂ ਮਰਜ਼ੀ, ਅਸੀਂ 50,000 ਰੁਪਈਆ ਲੈਣਾ ਇੱਕ ਸ਼ੋਅ ਦਾ, ਹੈ ਨਾ, ਨੋਰਮਲ 50,000 ਰੁਪਈਆ ਕਿਤੇ ਬਹੁਤ ਵੱਡੀ ਅਮਾਊਂਟ ਨੀਗੀ, ਵੀ ਘੱਟ ਤੋਂ ਘੱਟ ਤੁਸੀਂ ਸਾਨੂੰ 50,000 ਰੁਪਈਆ ਤਾਂ ਦਿਓ, ਹੈ ਨਾ, ਅਤੇ ਆਪ ਤੁਸੀਂ 2.5-3 ਲੱਖ 5-5 ਵੀ ਲੈਂਦੇ ਹੋ, 4 ਵੀ ਲੈਂਦੇ ਹੋ, 5 ਵੀ ਲੈਂਦੇ ਹੋ, ਹੈ ਨਾ, 4-5 ਲੱਖ, ਅਤੇ ਜੋ ਕਿ ਇੰਨੀ ਗੱਲ ਹੋਈ ਅਤੇ ਇਹ ਸਾਨੂੰ ਫੋਨ ਦੇ ਉੱਤੇ ਰਿਕਾਰਡਿੰਗ ਬਿਲਕੁਲ ਸਾਡੇ ਤੋਂ ਪਈ ਆ, ਇੱਕ ਇੱਕ ਪ੍ਰੂਫ ਪਿਆ ਸਾਨੂੰ, ਕਹਿੰਦੇ ਵੀ ਤੁਸੀਂ ਸਾਡੇ ਗੱਡੀ ਖਿਲਾਰੋ, ਸਾਡੇ ਨਾਲ ਖਿਲਾਰ ਕੇ ਗੱਲ ਕਰੋ। ਮੈਂ ਕਿਹਾ ਭਾਅ ਜੀ ਤੁਸੀਂ ਅੱਗੇ ਖਲੋਵੋ, ਆਪਾਂ ਕੋਈ ਮਤਲਬ ਦੇਖਦੇ ਹਾਂ, ਰੈਸਟੋਰੈਂਟ ਜਾਂ ਕੋਈ ਹੋਟਲ ਵੇਖਦੇ, ਢਾਬਾ ਵੇਖਦੇ ਹਾਂ, ਉੱਥੇ ਖੜ ਕੇ ਆਪਾਂ ਗੱਲ ਕਰ ਲੈਂਦੇ ਹਾਂ, ਹੈ ਨਾ ਜੀ, ਅਤੇ ਕਹਿੰਦੇ ਇੱਥੇ ਖਿਲਾਰੋ ਗੱਡੀ, ਸਾਡੀ ਹਾਈਵੇ ਦੇ ਉੱਤੇ ਗੱਡੀ ਡੱਕੀ ਇਹਨਾਂ ਨੇ, ਮਤਲਬ ਗੁੰਡਾਗਰਦੀ ਫੁੱਲ, ਜੋਤੀ ਨੂਰਾ ਐਂਡ ਨਾਲ ਇਹਨਾਂ ਦੇ ਡਰਾਈਵਰ ਜਿਹੜਾ ਇਹਨਾਂ ਦਾ, ਜਿਹੜਾ ਮਤਲਬ ਹੁਣ ਇਹਨਾਂ ਨੇ ਆਪਣਾ ਬੋਏਫ੍ਰੈਂਡ ਬਣਾ ਕੇ ਰੱਖਿਆ ਹੋਇਆ ਹੈ। ਕੀ ਨਾਮ ਉਹਦਾ? ਉਹਦਾ ਨਾਂ ਆ ਅਵਿਨਾਸ਼ ਕੁਮਾਰ ਉਹਨਾਂ ਦਾ ਨਾਮ ਆ, ਠੀਕ ਹੈ ਜੀ, ਅਵਿਨਾਸ਼ ਕੁਮਾਰ, ਅਤੇ ਅਭੀ ਕਹਿੰਦੇ ਉੱਦਾਂ ਉਹਨਾਂ ਨੂੰ, ਅਤੇ ਇਹ ਜੋਤੀ ਨੂਰਾ, ਹੈ ਨਾ ਜੀ, ਨੂਰਾ ਸਿਸਟਰਸ ਨੇ ਜੋ ਉਹਨਾਂ ਦੇ ਮਤਲਬ ਉਹਨਾਂ ਨੇ ਫੁੱਲ ਗੁੰਡਾਗਰਦੀ ਸਾਡੇ ਨਾਲ ਮਚਾਈ, ਵੀ ਇੱਕ ਸਾਈਡ 'ਤੇ ਬੌਂਸਰਾਂ ਦੀ ਗੱਡੀ ਅਤੇ ਇੱਕ ਸਾਈਡ 'ਤੇ ਆਪਣੀ ਗੱਡੀ ਸਾਡੇ ਅੱਗੇ ਲਾ ਕੇ, ਅਤੇ ਸਾਡੀ ਗੱਡੀ ਖਿਲਾਰਤੀ, ਇੱਕ ਸਾਈਡ ਤੋਂ ਸਾਡੀ ਗੱਡੀ ਵੀ ਤੋੜੀ ਇਹਨਾਂ ਨੇ, ਸ਼ੀਸ਼ੇ 'ਚ ਵੀ ਹੱਥ ਮਾਰਿਓ, ਰਿਕਾਰਡਿੰਗ ਦੇ ਵਿੱਚ ਬਕਾਇਦਾ ਸਾਡੇ ਕੋਲ ਸਾਰਾ ਕੁਝ ਪਿਆ ਹੈ, ਠੀਕ ਹੈ ਜੀ, ਖਿਲਾਰ ਕੇ, ਅਤੇ ਇਹਨਾਂ ਨੇ ਇੱਕ ਤਾਂ ਮੇਰੀ ਵਾਈਫ ਨੂੰ, ਠੀਕ ਹੈ ਜੀ, ਇੰਨੀ ਕਿਸੇ ਤੋਂ ਅਥੋਰਟੀ ਨਹੀਂ ਹੁੰਦੀ ਵੀ ਤੁਸੀਂ ਕਿਸੇ ਦੀ ਵਾਈਫ ਨੂੰ ਜਾ ਕੇ ਤੁਸੀਂ ਦਬਕੇ ਮਾਰੋ ਅਤੇ ਉਹਨੂੰ ਗਾਲਾਂ ਕੱਢੋ, ਹੈ ਨਾ। ਇਹਨਾਂ ਨੇ ਰਿਸ਼ੀ ਇਹਨਾਂ ਦੇ ਨਾਲ ਹੁੰਦਾ ਮੁੰਡਾ, ਕੈਮਰਾ ਇਹਨਾਂ ਦਾ, ਮਤਲਬ ਵੀਡੀਓ ਵਾਡੀਓ ਬਣਾਉਂਦਾ ਹੈ, ਮਤਲਬ ਸੋਸ਼ਲ ਮੀਡੀਆ ਇਹਨਾਂ ਦਾ ਉਹ ਮਤਲਬ ਮੈਨੇਜ ਕਰਦਾ ਹੈ ਉਹ, ਹੈ ਨਾ ਜੀ, ਅਤੇ ਇਹਨੂੰ ਮਤਲਬ ਇਹਨਾਂ ਨੇ ਖਿਲਾਰ ਕੇ ਗੱਡੀ ਸਾਡੀ, ਇਹਨਾਂ ਨੇ ਮਤਲਬ ਦਬਕੇ ਮਾਰੇ ਮੇਰੀ ਵਾਈਫ ਨੂੰ, ਠੀਕ ਹੈ, ਧੱਕੇ, ਮੇਰੀ ਵਾਈਫ ਦਾ ਸੂਟ ਵੀ ਪਾਟਾ, ਚੁੰਨੀ ਵੀ ਪਾਟੀ ਇੱਕ ਸਾਈਡ ਤੋਂ, ਮੈਂ ਜੇ ਤੁਸੀਂ ਕਹੋਗੇ ਮੈਂ ਉਹ ਵੀ, ਹਾਂਜੀ, ਵੀਡੀਓ ਨਹੀਂ ਸਾਡੇ ਕੋਲ, ਰਿਕਾਰਡਿੰਗ ਬਕਾਇਦਾ ਪਈ ਹੈ, ਕਿਉਂਕਿ ਵੀਡੀਓ ਮੈਂ ਇਕੱਲਾ ਸੀਗਾ, ਮੇਰੀ ਵਾਈਫ ਸੀ ਨਾਲ ਤੇ 8-10 ਬੰਦੇ ਉਹ ਸੀਗੇ, ਪਿਆਰ ਨਾਲ ਗੱਡੀ ਵੀ, ਤੁਸੀਂ ਸਾਡੇ ਭੈਣ ਭਰਾ ਹੋ, ਅਸੀਂ ਤੁਹਾਡੇ ਨਾਲ ਇਵੇਂ ਕਰਾਂਗੇ, ਤੇ ਆ ਕੇ ਸਾਡੇ ਗਲ ਪੈ ਗਏ, ਸਾਡੇ ਲੀੜੇ, ਮੇਰੀ ਵੀ ਸ਼ਰਟ ਪਾਟੀ ਹੈ ਇੱਥੋਂ, ਠੀਕ ਹੈ, ਕੰਪਲੇਂਟ ਦਿੱਤੀ ਆ ਆਪਣਾ ਕਰਤਾਰਪੁਰ ਥਾਣੇ 'ਚ, ਕੰਪਲੇਂਟ ਦਿੱਤੀ ਆ, ਥਾਣੇ ਵਾਲੇ ਵੀ ਇਹਨਾਂ ਨੂੰ ਫੋਨ ਕਰਦੇ ਆ, ਮਤਲਬ ਇਹ ਅੱਗੋਂ ਕਿਸੇ ਨਾ ਕਿਸੇ ਤੋਂ ਇਹਨਾਂ ਨੇ ਫੋਨ ਕਰਵਾ ਦਿੱਤਾ ਹੋਊਗਾ।
ਅਤੇ ਅਸੀਂ ਮੰਗ ਇਹੋ ਕਰਦੇ ਹਾਂ ਵੀ ਇਹਨਾਂ 'ਤੇ ਕਾਰਵਾਈ ਕੀਤੀ ਜਾਵੇ ਜੋ ਵੀ ਬਣਦੀ ਆ, ਠੀਕ ਹੈ ਜੀ। ਫਿਰ ਸਾਡੇ ਕੋਲ ਰਿਕਾਰਡਿੰਗ ਬਕਾਇਦਾ ਪਈ ਆ ਵਿੱਚ, ਮਤਲਬ ਕਿਉਂਕਿ ਰਿਕਾਰਡਿੰਗ ਲੱਗੀ ਸੀ ਇਹ ਜਦੋਂ ਸ਼ੁਰੂ ਤੋਂ ਵਾਕਾ ਹੋਇਆ ਏ ਵੀ ਇੱਦਾਂ ਇੱਦਾਂ। ਫਿਰ ਇਹਨਾਂ ਨੇ ਖਿਲਾਰ ਕੇ ਸਾਨੂੰ ਧੱਕਾ ਮੁੱਕੀ, ਗਾਲਾਂ ਕੱਢੀਆਂ, ਗੰਦੀਆਂ ਤੋਂ ਗੰਦੀਆਂ ਗਾਲਾਂ, ਰਿਕਾਰਡਿੰਗ ਪਈ ਸਾਡੇ ਕੋਲ ਸਾਰੀ। ਮੈਂ ਉਹ ਚਲੋ ਕੈਮਰੇ ਦੇ ਸਾਹਮਣੇ ਮੈਂ ਹੁਣ ਬੋਲ ਨਹੀਂ ਸਕਦਾ, ਐਡੀ ਗੰਦੀ ਸ਼ਬਦਾਵਲੀ ਇਹਨਾਂ ਨੇ ਵਰਤੀ। ਝਗੜਾ ਸਾਡਾ ਸ਼ੋਅ ਦੇ ਪੈਸਿਆਂ ਦੇ ਕਰਕੇ ਨਹੀਂ, ਪਹਿਲਾਂ ਦਾ ਕੋਈ ਝਗੜਾ ਚੱਲਦਾ ਨਹੀਂ। ਪਹਿਲਾਂ ਤਾਂ ਕੋਈ ਝਗੜਾ ਨਹੀਂ ਭਾਈ, ਮਿੱਠੇ ਪਿਆਰੇ ਹੋ ਕੇ ਇਹਨਾਂ ਨੇ ਗੱਡੀ ਖਲਿਆਰੀ ਵੀ, ਗੱਡੀ ਰੋਕੋ, ਅਸੀਂ ਤੁਹਾਡੇ ਆਪਣੇ ਆ, ਤੁਹਾਨੂੰ ਨਹੀਂ ਪਤਾ ਅਸੀਂ ਤੁਹਾਨੂੰ ਕਿੰਨਾ ਪਿਆਰ ਕਰਦੇ। ਪਹਿਲਾਂ ਸਾਡੀ ਮਿੱਠੇ ਪਿਆਰੇ ਹੋ ਕੇ ਇਹਨਾਂ ਨੇ ਗੱਡੀ ਖਲਿਆਰੀ, ਗੱਡੀ ਖਲਿਆਰ ਕੇ ਉਹ ਮੁੰਡਾ ਜਿਹੜਾ ਇਹਨਾਂ ਨੇ ਨਾਲ ਰੱਖਿਆ ਵੀਡੀਓ ਕਰਨ ਵਾਲਾ, ਉਹਦਾ ਨਾਮ ਹੈ ਰਿਸ਼ੀ, ਉਹਨੇ ਪਹਿਲਾਂ ਸਾਡੀ ਗੱਡੀ ਤੋੜੀ, ਗੱਡੀ ਦੇ ਵਿੱਚ ਹੱਥ ਮਾਰਿਆ ਸ਼ੀਸ਼ਾ, ਸਾਡਾ ਗੱਡੀ ਦਾ ਸ਼ੀਸ਼ੇ 'ਚ ਹੱਥ ਮਾਰਿਆ ਉਹਨੇ ਸਾਡੇ। ਫਿਰ ਉਸ ਤੋਂ ਬਾਅਦ ਜਦੋਂ ਅਸੀਂ ਉਤਰੇ ਹਾਂ ਗੱਡੀ 'ਚੋਂ, ਉਸ ਤੋਂ ਬਾਅਦ ਸਾਡੇ ਨਾਲ ਹੱਥੋਂ ਪਾਈ ਹੋਏ, ਸਾਨੂੰ ਗਾਲਾਂ ਕੱਢੀਆਂ, ਕੱਪੜੇ ਪਾੜੇ ਨੇ ਸਾਡੇ। ਮੇਰੀ ਭੈਣ ਬੋਲਦੀ ਕੋਈ ਚੱਕਰ ਨਹੀਂ ਸੀਗਾ, ਭੈਣ ਬੋਲਦੀ ਜੋਤੀ ਨੂੰ ਨਾ, ਉਹ ਬੋਲ ਲੈਂਦੀ ਕੋਈ ਚੱਕਰ ਨਹੀਂ, ਪਰ ਗੈਰ ਬੰਦਿਆਂ ਤੋਂ ਦਬਕੇ ਮਰਾਏ ਨੇ, ਗੈਰ ਬੰਦੇ ਸਾਨੂੰ ਬੋਲੇ ਨੇ, ਅਤੇ ਉਹਨਾਂ 'ਤੇ ਸਖ਼ਤ ਕਾਰਵਾਈ ਕੀਤੀ ਜਾਵੇ। ਅਤੇ ਅਸੀਂ ਨਿਕਲੇ ਭਾਅ ਜੀ, ਬਸ ਉਹ ਇਹਨਾਂ ਨੂੰ ਇਹੋ ਗੱਲ ਕਹੀ ਵੀ ਕੋਈ ਗੱਲ ਨਹੀਂ। ਇਹ ਫਿਰ ਮੈਨੂੰ ਲਲਕਾਰਦੇ ਰਹੇ ਨੇ, ਰਿਕਾਰਡਿੰਗ ਮੇਰੇ ਕੋਲ ਪਈ ਵੀ ਤੈਨੂੰ ਵੇਖ ਲਵਾਂਗੇ, ਮੇਰੇ ਕੋਲ ਨਜਾਇਜ਼ ਅਸਲਾ ਵੀ ਆ, ਠੀਕ ਹੈ, ਤੈਨੂੰ ਅਸਲੇ ਨਾਲ ਠੋਕਣਾ ਆ। ਅਤੇ ਮੈਂ ਵੀ ਅੱਗੋਂ ਚਲੋ ਮੈਂ ਇਹਨਾਂ ਨੂੰ ਕਿਹਾ, ਮੈਂ ਕਿਹਾ ਠੀਕ ਹੈ ਵੀਰੇ, ਮੈਂ ਕਿਹਾ ਪਰ ਤੁਸੀਂ ਆਹ ਜਿਹੜਾ ਕੁਛ ਕੀਤਾ ਨਾ, ਇੰਨੇ ਬੰਦੇ ਲੈ ਕੇ, ਮੈਂ ਕਿਹਾ ਤੁਸੀਂ ਮੇਰੀ ਵਾਈਫ ਨੂੰ ਦਬਕੇ ਮਾਰੇ, ਉਲਟਾ ਤੁਸੀਂ ਮੈਂ ਕਿਹਾ ਇੰਨੀ ਗੰਦੀ ਸ਼ਬਦਾਵਲੀ ਵਰਤੀ, ਮੈਂ ਕਿਹਾ ਇਹ ਸਾਰੀ ਗੱਲ ਦਾ ਮੈਂ ਕਿਹਾ ਤੁਹਾਨੂੰ ਹਰਜਾਨਾ ਦੇਣਾ ਪੈਣਾ ਆ। ਅਤੇ ਕਹਿੰਦੇ ਕੋਈ ਨਹੀਂ ਤੂੰ ਜਾ, ਤੇਰੇ ਤੋਂ ਜੋ ਹੁੰਦਾ ਆ ਤੂੰ ਕਰ ਲਾ, ਹੈ ਨਾ। ਅਤੇ ਮੈਂ ਕਿਹਾ ਚਲੋ ਠੀਕ ਹੈ ਜੀ, ਕੋਈ ਚੱਕਰ ਨਹੀਂ ਗਾ, ਮੈਂ ਕਿਹਾ ਵੀਰੇ ਮੇਰੇ ਤੋਂ ਜੋ ਹੋਊਗਾ ਮੈਂ ਕਰ ਲੂੰਗਾ, ਹੈ ਨਾ ਜੀ। ਅਤੇ ਉਹ ਰਿਕਾਰਡਿੰਗ ਮੇਰੇ ਤੋਂ ਬਕਾਇਦਾ ਪਈ, ਮੈਂ ਤੁਹਾਨੂੰ ਉਹ ਵੀ ਦੇਊਂਗਾ, ਸਾਰਾ ਕੁਝ ਦੇਊਂਗਾ ਮੈਂ ਤੁਹਾਨੂੰ, ਠੀਕ ਹੈ ਜੀ। ਜਿਨ 'ਚ ਆਖਣਾ ਮੇਰੇ ਕੋਲ, ਮੇਰਾ ਨਾਂ ਅਭੀ ਆ, ਠੀਕ ਹੈ, ਅਤੇ ਮੈਂ ਤੈਨੂੰ ਨਜਾਇਜ਼ ਅਸਲਾ ਆ, ਅਭੀ ਆ, ਠੀਕ ਹੈ, ਅਤੇ ਮੈਂ ਤੈਨੂੰ ਨਜਾਇਜ਼ ਅਸਲਾ ਆ, ਮੇਰੇ ਕੋਲ ਤੈਨੂੰ ਨਜਾਇਜ਼ ਅਸਲੇ ਨਾਲ ਠੋਕਣਾ ਆ, ਠੀਕ ਹੈ ਜੀ। ਆਹ ਚੀਜ਼ਾਂ ਮਤਲਬ ਇਹਨਾਂ ਨੇ ਬੋਲੀਆਂ। ਸਿਟੀ ਵਾਇਰਲ ਹੋਈ ਸੀ ਪੈਟਰੋਲ ਪੰਪ ਤੇ, ਉਹ ਜਿਹੜੀ ਗੁੰਡਾਗਰਦੀ ਉਹਦੇ ਬਾਰੇ ਉਦੋਂ ਤੋਂ ਭਾਜੀ, ਉਹ ਵੀ ਤਾਂ ਉਦੋਂ ਅਸੀਂ ਇਹਨਾਂ ਦੇ ਨਾਲ ਨਹੀਂ ਸੀਗੇ, ਉਹ ਵੀ ਮੁੰਡਾ ਫੋਟੋ ਕਰਾਉਣ ਆਇਆ ਭਾਜੀ ਇਹਨਾਂ ਦੇ, ਠੀਕ ਹੈ ਜੀ। ਤੇ ਜੋ ਕਿ ਜੋਤੀ ਨੂਰਾ ਜਿਹੜੀ ਇਹ ਮਤਲਬ ਗੁੰਡਾਗਰਦੀ ਫੁੱਲ ਮਤਲਬ ਆਪਣੇ ਆਪ ਨੂੰ ਮਤਲਬ ਗੁੰਡੀ ਦੱਸਦੀ ਆ ਇਹ, ਹੈ ਨਾ ਜੀ। ਇਹ ਜੋ ਵਿਖਾਉਂਦੇ ਨੇ ਨਾ ਸਟੇਜ ਤੇ ਬਾਰ ਬਾਰ ਨਿਕਲ ਕੇ ਸਾਹਮਣੇ ਆਉਂਦੇ ਆ, ਇਹਦੇ ਵਿੱਚ ਕਿਹਦੀ ਗਲਤੀ ਆ? ਵੱਖ ਵੱਖ ਤਰ੍ਹਾਂ ਦੇ ਨਾਲ ਤੁਹਾਡੇ ਮਤਭੇਦ ਬਾਹਰ ਆ ਰਹੇ, ਤੁਹਾਡੇ ਪਰਿਵਾਰ ਦੇ ਸਿਰ ਕਿੱਦਾਂ ਕਿੱਦਾਂ ਭਾਜੀ? ਸੂਫੀ ਹੈ ਨਹੀਂ ਹੈ, ਜਿਹੜੀ ਉਹਨਾਂ ਨੇ ਗੁੰਡਾਗਰਦੀ ਮਚਾਈ ਉਹ ਆਪਣੇ ਆਪ ਨੂੰ ਸਮਝਦੀ ਆ ਗੁੰਡੀ, ਵੀ ਮੈਂ ਗੁੰਡੀ। ਪੈਟਰੋਲ ਪੰਪ ਤੇ ਪਹਿਲਾਂ ਵੀਡੀਓ ਵਾਇਰਲ ਹੋਈ ਸੀ, ਉਹਨਾਂ ਨੇ ਪਹਿਲਾਂ ਕਿਸੇ ਦੀਆਂ ਉਂਗਲਾਂ ਲਾਤੀਆਂ, ਕੋਈ ਫੋਟੋ ਕਰਾਉਣਾ ਆਉਂਦਾ ਆ ਉਹਦੀਆਂ ਉਂਗਲਾਂ ਲਾ ਦੇਣੀਆਂ, ਕੋਈ ਪੈਸੇ ਦੀ ਗੱਲ ਕਰਦਾ ਉਹਨਾਂ ਨੇ ਹੱਥੋਂ ਪਾਈ ਹੋ ਜਾਣਾ। ਮੈਨੂੰ ਬੋਲ ਲੈਂਦੇ, ਮੈਨੂੰ ਕੋਈ ਪ੍ਰੋਬਲਮ ਨਹੀਂ ਸੀਗੀ, ਪਰ ਗੈਰ ਬੰਦਿਆਂ ਤੋਂ ਆਪ ਵੀ ਸਿਰ ਝੰਜੋੜੇ ਨੇ ਮੇਰੇ, ਆਪ ਵੀ ਥੱਪੜ ਮਾਰੇ ਨੇ, ਆਪ ਵੀ ਜੋਤੀ ਨੂਰਾ ਨੇ ਮੇਰੀ ਵਾਈਫ ਨੂੰ ਥੱਪੜ ਵੀ ਮਾਰੇ ਨੇ ਉੱਥੇ ਸੜਕ ਦੇ ਉੱਤੇ, ਵੀ ਹੁਣ ਕਿਹੜਾ ਇੱਥੇ ਕੋਈ ਕੈਮਰਾ ਆ, ਹੁਣ ਕਿਹੜੀ ਵੀਡੀਓ, ਇਹਨਾਂ ਨੂੰ ਨਹੀਂ ਸੀ ਪਤਾ ਵੀ ਰਿਕਾਰਡਿੰਗ ਲੱਗੀ ਆ ਫੋਨ ਦੇ ਉੱਤੇ, ਠੀਕ ਹੈ। ਕਿੱਦਾਂ ਦੀ ਕਾਰਵਾਈ ਕਰਾਉਣਾ ਚਾਹੁੰਦੇ ਵੀ? ਕਾਰਵਾਈ ਅਸੀਂ ਸਰ ਵੇਖੋ, ਇਹ ਗੁੰਡਾਗਰਦੀ, ਇਹ ਨਜਾਇਜ਼ ਜਿਹੜੇ ਗਰੀਬ ਬੰਦੇ ਜਿਹੜੇ ਫੋਟੋ ਕਰਾਉਣ ਆਉਂਦੇ ਨੇ ਉਹਨਾਂ 'ਤੇ ਭਾਰੀ ਪੈ ਕੇ ਉਹਨਾਂ ਦੀਆਂ ਕਦੀ ਉਂਗਲਾਂ ਲਾਹ ਦਿੰਦੀ ਆ ਇਹ, ਠੀਕ ਹੈ ਜੀ। ਇਹ ਅਭੀ ਜਿਹੜਾ ਵੇਖੋ ਕੁਨਾਲ ਪਾਸੀ, ਹੈ ਨਾ, ਸਾਡਾ ਵੀਰ, ਇਹਨਾਂ ਦਾ ਜਿਹੜਾ ਹਸਬੈਂਡ ਪਹਿਲਾਂ, ਹੈ ਨਾ, ਉਹ ਵੀਰਾ ਵੇਖੋ ਮਤਲਬ ਬਹੁਤ ਹੀ ਵਧੀਆ ਇਨਸਾਨ ਆ ਉਹ, ਠੀਕ ਹੈ ਜੀ। ਉਹਨਾਂ ਦੇ ਨਾਲ ਵੀ ਇਹਨੇ ਇੰਨਾ ਕੁ ਜ਼ਿਆਦਾ ਧੱਕਾ ਕੀਤਾ, ਹੈ ਨਾ ਜੀ, ਜੋਤੀ ਨੂਰਾ ਨੇ, ਹੈ ਨਾ ਜੀ। ਅਤੇ ਨਹੀਂ, ਸੈਟਲਮੈਂਟ ਨਹੀਂ ਭਾਅ ਜੀ ਹੋਈ, ਉਹ ਵੀ ਮੇਰੀ ਗੱਲ ਸੁਣੋ, ਤੁਹਾਡੀ ਮੰਗ ਕੀ ਹੈ, ਤੁਸੀਂ ਕਿਸ ਤਰ੍ਹਾਂ ਦੀ ਕਾਰਵਾਈ ਕਰਨਾ ਚਾਹੁੰਦੇ ਹੋ? ਕਾਰਵਾਈ ਭਾਅ ਜੀ ਜੋ ਬਣਦੀ ਕਾਰਵਾਈ, ਠੀਕ ਹੈ ਜੀ। ਅਸੀਂ ਥਾਣੇ ਗਏ ਹਾਂ, ਉਹ ਵੀ ਇਹ ਫੋਨ ਫਾਨ ਕਰਵਾ ਕੇ, ਕਿਉਂਕਿ ਇਹਨਾਂ ਦੀ ਹੈਗੀ ਆ, ਇਹਨਾਂ ਨੇ ਸਰਕਾਰੀ ਸ਼ੋਅ ਸ਼ੂ ਲਾਏ ਨੇ, ਉੱਤੋਂ ਫੋਨ ਕਰਵਾ ਕੇ ਇਹ ਸਾਡੀ ਮਤਲਬ ਕੋਈ ਥਾਣੇ ਵਾਲੇ ਵੀ ਕੋਈ ਐਡੀ ਸੁਣਵਾਈ ਸਾਡੀ ਕਰ ਨਹੀਂ ਦਏ। ਅਸੀਂ ਦਰਖਾਸਤ ਦਿੱਤੀ ਹੈ, ਕਦੀ ਕਹਿੰਦੇ ਆ ਤੁਸੀਂ ਕੱਲ੍ਹ ਨੂੰ ਆ ਜਿਓ, ਕਦੀ ਕਹਿੰਦੇ ਤੁਸੀਂ ਪਰਸੋਂ ਆ ਜਿਓ, ਠੀਕ ਹੈ ਜੀ। ਅਤੇ ਮਤਲਬ ਵੀ ਸਾਨੂੰ ਕੋਈ ਰਾਈਟ ਉਹ ਨਹੀਂ ਕਰਨ ਦੇ, ਥਾਣੇ ਵਾਲੇ ਵੀ ਐਡੀ ਕਾਰਵਾਈ ਨਹੀਂ ਕਰਨ ਦਏ ਸਾਡੀ, ਮਤਲਬ ਇਹ ਮਤਲਬ ਵੀ ਇਗਨੋਰ ਜਿਹਾ ਮਾਰ ਰਹੇ ਨੇ ਉਹ, ਵੀ ਤੁਹਾਡਾ ਬਹਾ ਕੇ ਤੁਹਾਡਾ ਹੀ ਰਾਜ਼ੀਨਾਮਾ ਕਰਾ ਦਿਆਂਗੇ। ਪਰ ਭਾਅ ਜੀ ਸਾਨੂੰ ਉਹ ਚੀਜ਼ ਦਾ ਸਾਨੂੰ ਨਿਆਂ ਚਾਹੀਦਾ ਹੈ ਵੀ ਮੇਰੀ ਘਰਵਾਲੀ ਨੂੰ ਗਾਲਾਂ ਕੱਢੀਆਂ ਨੇ ਗੈਰ ਬੰਦਿਆਂ ਨੇ, ਮੇਰੀ ਘਰਵਾਲੀ ਨੂੰ ਦਬਕੇ ਮਾਰੇ ਨੇ ਮੇਰੀ ਵਾਈਫ ਨੂੰ, ਠੀਕ ਹੈ ਜੀ। ਅਤੇ ਜੋਤੀ ਨੂਰਾ ਜਿਹੜੀ ਆਪਣੀ ਭੈਣ ਨੂੰ ਆਪ ਬੋਲਦੀ ਵੱਖਰੀ ਗੱਲ ਸੀਗੀ, ਠੀਕ ਹੈ ਜੀ। ਅਤੇ ਮੈਨੂੰ ਸਿਰਫ ਉਸ ਚੀਜ਼ ਦਾ ਆ ਵੀ ਗੈਰ ਬੰਦਿਆਂ ਤੋਂ ਦਬਕੇ ਮਰਵਾਏ ਨੇ, ਜਿਹੜਾ ਰਿਸ਼ੀ ਨਾਮ ਦਾ ਬੰਦਾ ਆ ਜਿਹੜਾ ਇਹਨਾਂ ਦੇ ਨਾਲ ਰਹਿੰਦਾ ਆ, ਜੋ ਕਿ ਅਭੀ ਜਿਹੜਾ ਇਹਨੇ ਨਜਾਇਜ਼ ਬੰਦਾ ਗੈਰ ਮਰਦ ਨੇ ਜੋਤੀ ਨੂਰਾ ਨੇ ਨਜਾਇਜ਼ ਰੱਖਿਆ ਆ, ਜਿਹਦੇ ਨਾਲ ਮਤਲਬ 24 ਘੰਟੇ 24 ਆਵਰਸ ਰਹਿੰਦੀ ਆ, ਮੈਰਿਜ ਤੋਂ ਬਗੈਰ ਰਹਿੰਦੀ ਆ ਉਹਦੇ ਨਾਲ, ਠੀਕ ਹੈ ਜੀ। ਡਿਵੋਰਸ ਤੋਂ ਬਗੈਰ, ਹਾਂਜੀ,
डिवोर्स भी नहीं हजे इन्हों का होया तो उन्होंने घर वाला मनी बैठी है नजायज धक्के ही ठीक है जी। तो रह के वह गुंडागर्दी मचा फुल ठीक है जी। तो मैनू इस चीज़ का जवाब ये चाहिए आ ठीक है जी भी थाने वाले भी वह भी इन्होंने कॉल कूल करवा के किसी ना किसी तो भी इन्हों के है ना भी इन्हों इग्नोर किया जाए वह भी कोई कार्रवाई वह जी करनी दे। मैं इस करके मीडिया नू तुहाडा साथ लिया वीर का भी साडी आवाज़ नू चुको ये साडे नाल बड़ा ही फिर सानू धमकियां देंदे ने ठीक है जी भी तुहानू कोई गल नहीं वह भी रिकॉर्डिंग मेरे को पई आ भी तैनू नजायज असले नाल ठोकना है तू कर की करना है। हाँ जी रिकॉर्डिंग।